ਬਠਿੰਡਾ ਦੇ ਇੱਕ ਪੈਟਰੋਲ ਪੰਪ ਦੇ ਮਾਲਕ ਨੇ ਕੀਤੀ ਅਨੋਖੀ ਪਹਿਲ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਮੋਰਚੇ ਜਾ ਰਹੇ ਕਿਸਾਨਾਂ ਲਈ ਉਹਨਾਂ ਵੱਲੋਂ ਤੇਲ ਫ੍ਰੀ ਕੀਤਾ ਗਿਆ ਜੋ ਕਿਸਾਨ ਦਿੱਲੀ ਮੋਰਚੇ ਲਈ ਜਾ ਰਹੇ ਆ ਉਹਨਾਂ ਲਈ ਇਸ ਪੰਪ ਵੱਲੋਂ ਤੇਲ ਬਿਲਕੁਲ ਫ੍ਰੀ ਪਾਇਆ ਜਾ ਰਿਹਾ ਹੈ ਇਹ ਕਿਸਾਨ ਹੈ ਕਰਨਵੀਰ ਸਿੰਘ ਬਰਾੜ ਫਤਨਵਾਲਾ ਜੋ ਕਿ ਕਿਸਾਨਾਂ ਦੇ ਸੰਘਰਸ਼ ਲਈ ਇਹਨਾਂ ਵੱਲੋਂ ਆਪਣੇ ਪੰਪ 'ਤੇ ਇੱਕ ਅਨੋਖੀ ਪਹਿਲ ਕੀਤੀ ਗਈ ਹੈ ਇਹਨਾਂ ਵੱਲੋਂ ਤੇਲ ਫ੍ਰੀ ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਲੋਕ ਸਾਡੇ ਪੰਪ 'ਤੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਕਿਸਾਨਾਂ ਦੇ ਝੰਡੇ ਲਾ ਕੇ ਇੱਥੇ ਆ ਗਏ ਸਨ ਪਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਦੇ ਰੋੜੇ ਨਾ ਬਣੋ ਉਸ ਤੋਂ ਬਾਅਦ ਇਹਨਾਂ ਵੱਲੋਂ ਲੱਗਦਾ ਕਿ ਜੋ ਟਰੈਕਟਰ ਟਾਲੀਆਂ ਕਿਸਾਨਾਂ ਦੀਆਂ ਕਿਸਾਨ ਮੋਰਚੇ ਲਈ ਦਿੱਲੀ ਜਾ ਰਹੀਆਂ ਸਿਰਫ ਉਹਨਾਂ ਲਈ ਸਾਡੇ ਵੱਲੋਂ ਤੇਲ ਫ੍ਰੀ ਕੀਤਾ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਇਹਨਾਂ ਤੋਂ ਪੈਸਾ ਨਹੀਂ ਲਿਆ ਜਾ ਰਿਹਾ ਕਿਸਾਨਾਂ ਤੋਂ ਤੁਹਾਨੂੰ ਦਿਖਾ ਰਹੇ ਹਾਂ ਇਹ ਐੱਸ ਆਰ ਦਾ ਪੰਪ ਹੈ ਪਿੰਡ ਕਟਾਰ ਸਿੰਘ ਵਾਲਾ ਬਠਿੰਡਾ ਤਲਵੰਡੀ ਰੋਡ 'ਤੇ ਇਹ ਪੰਪ ਹੈ ਐੱਸ ਆਰ ਦਾ ਜਿੱਥੇ ਕਿਸਾਨਾਂ ਦੇ ਕਿਸਾਨ ਮੋਰਚੇ ਵਿੱਚ ਜਾ ਰਹੇ ਟਰੈਕਟਰ ਟਾਲੀਆਂ ਲਈ ਇਸ ਪੰਪ 'ਤੇ ਬਿਲਕੁਲ ਤੇਲ ਫ੍ਰੀ ਪਾਇਆ ਜਾ ਰਿਹਾ ਤੁਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਕਟਾਰ ਸਿੰਘ ਵਾਲਾ ਦੇ ਐੱਸ ਆਰ ਦੇ ਪੰਪ ਦੀਆਂ ਤਸਵੀਰਾਂ ਜਿੱਥੇ ਕਰਨਵੀਰ ਸਿੰਘ ਫਤਨਵਾਲ ਜੋ ਕਿ ਇੱਕ ਖੁਦ ਕਿਸਾਨ ਨੇ ਤੇ ਉਹਨਾਂ ਵੱਲੋਂ ਇਸ ਪੰਪ ਦੇ ਕਿਸਾਨਾਂ ਲਈ ਤੇਲ ਬਿਲਕੁਲ ਫ੍ਰੀ ਪਾਇਆ ਜਾ ਰਿਹਾ ਲਾਈਟ ਦੇਖਦਾ ਵੀਰੇ ਜਿਹੜਾ ਵੀ ਬੰਦਾ ਧਰਨੇ ਤੇ ਆ ਗੱਲਾਂ ਵੀਰੇ ਜਰੂਰ ਸ਼ੇਅਰ ਕਰਿਆ ਕਰੋ ਯਾਰ ਸਾਰਿਆਂ ਨੂੰ ਤੇਲ ਇੱਥੇ ਕਹਿੰਦੇ ਫ੍ਰੀ ਦੇ ਜਿਹੜਾ ਵੀ ਵੀਰੇ ਬੰਦਾ ਕੋਈ ਵੀ ਆ ਟਰੈਕਟਰਾਂ ਦੇ ਵਿੱਚ ਵੀਰੇ ਜਿਹੜਾ ਵੀ ਬੰਦਾ ਧਰਨੇ ਤੇ ਜਾ ਰਿਹਾ ਜੀ ਸਾਰਿਆਂ ਨੂੰ ਤੇਲ ਇੱਥੇ ਕਹਿੰਦੇ ਬਠਿੰਡਾ ਤਲਵੰਡੀ ਸਾਬੋ ਰੋਡ ਹੈ ਲੈਣਾ ਲੱਗੇ ਟਰਾਲੀਆਂ ਖੜੀਆਂ ਨੇ ਇਸ ਪੰਪ ਦੇ ਉੱਪਰ ਜੀ ਸਾਡਾ ਪੰਪ ਜੀ ਮਾਤਾ ਕੁਸ਼ਲਿਆ ਫਿਲਿੰਗ ਸਟੇਸ਼ਨ ਐੱਸ ਆਰ ਦਾ ਕਟਾਰ ਸਿੰਘ ਵਾਲੇ ਪਿੰਡ ਮਾਨਸਾ ਰੋਡ 'ਤੇ ਸਥਿਤ ਹੈ ਅਤੇ ਇਹ ਜੋ ਸਾਡੇ ਪੰਪ ਦੇ ਮਾਲਕ ਹੈ ਸਰਦਾਰ ਕਰਨਦੀਪ ਸਿੰਘ ਬਰਾੜ ਫੱਤਣ ਵਾਲੇ ਤੋਂ ਉਹਨਾਂ ਵੱਲੋਂ ਇੱਕ ਸੇਵਾ ਚਲਾਈ ਗਈ ਹੈ ਜੋ ਕਿ ਨਰੋਲ ਟਰੈਕਟਰ ਟਰਾਲੀਆਂ ਜੋ ਕਿਸਾਨ ਦਿੱਲੀ ਮੋਰਚੇ 'ਤੇ ਜਾ ਰਹੀਆਂ ਹੈ ਉਹਨਾਂ ਨੂੰ ਡੀਜ਼ਲ ਅਸੀਂ ਮੁਫਤ ਪ੍ਰੋਵਾਈਡ ਕਰਵਾ ਰਹੇ ਹਾਂ ਨਹੀਂ ਬਿਲਕੁਲ ਜੀ ਉਹ ਤਾਂ ਫਿਰ ਆਪਾਂ ਨੂੰ ਜਿਹੜੀ ਗੱਡੀਆਂ ਆ ਰਹੇ ਆ ਲੋਕਾਂ ਨੂੰ ਪਤਾ ਲੱਗ ਰਿਹਾ ਜਿਵੇਂ ਉਹ ਵਿੱਚ ਨਾ ਜਿਵੇਂ ਆਪਾਂ ਕਹਿ ਰਹੀਏ ਡਿਫੋਲਟ ਰਹਿ ਗਏ ਉਹ ਆ ਰਹੇ ਹੈਗੇ ਵੀ ਸਾਨੂੰ ਵੀ ਤੇਲ ਪਾਓ ਜੀ ਅਸੀਂ ਦਿੱਲੀ ਜਾ ਰਹੇ ਹਾਂ ਜਦਕਿ ਜਿਹੜੀ ਸਾਡੀ ਸੇਵਾ ਨਿਰੀ ਕਿਸਾਨ ਯੂਨੀਅਨ ਅਤੇ ਕਿਸਾਨਾਂ ਲਈ ਜਿਨ੍ਹਾਂ ਦੇ ਟਰੈਕਟਰ ਟਰਾਲੀਆਂ ਉਹਨਾਂ ਲਈ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪਲੀਜ਼ ਸਾਡੇ ਇਸ ਯੋਗਦਾਨ ਦੇ ਵਿੱਚ ਸਾਡੇ ਨਾਲ ਚੱਲੋ ਅਤੇ ਪਲੀਜ਼ ਖਰਾਬ ਨਾ ਕਰੋ ਅਸੀਂ ਚਾਹੁੰਦੇ ਹਾਂ ਸਮਾਂ ਸਾਨੂੰ ਦੇਖ ਕੇ ਕੋਈ ਹੋਰ ਵੀ ਇਹ ਹੰਭਲਾ ਮਾਰੇ ਅਤੇ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲੋ ਬਠਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ